ਪ੍ਰਾਈਮਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਡਾਕਟਰ ਸਦबीर ਪੋਰਾ ਹੋਰਾਂ ਦੇ ਨਾਲ ਤੇ ਜਾਣਕਾਰੀ ਆਪਾਂ ਨੂੰ ਦੇਣਗੇ ਖਾਸ ਕਰਕੇ ਅੱਖਾਂ ਨਾਲ ਸੰਬੰਧਿਤ ਜਿਹੜੀਆਂ-ਜਿਹੜੀਆਂ ਬਿਮਾਰੀਆਂ ਨੇ ਜਿਹੜੀਆਂ-ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕੀ ਆ ਸੋ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਉਹਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਸੰਧਵਾਲੀਆ ਸਾਹਿਬ ਮੈਂ ਵੀ ਸਭ ਤੋਂ ਪਹਿਲਾਂ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਾਈਮਸ਼ੀਆ ਟੀਵੀ ਤੁਹਾਡੇ ਸ અમન ਖਟਕਰ ਜੀ ਕਿ ਅੱਜ ਤੁਸੀਂ ਮੌਕਾ ਦਿੱਤਾ ਕਿ ਤੁਹਾਡੇ ਰੂਬਰੂ ਤੁਹਾਡੇ ਮਾਧਿਅਮ ਰਾਏ ਲੋਕਾਂ ਦੇ ਸਰਮੁਖ ਹੋਈਏ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਗਾਲੇ ਦਾ ਜਦੋਂ ਆਪਾਂ ਅੱਖਾਂ ਦੀ ਗੱਲ ਕਰਦੇ ਆ ਨਾ ਵੈਸੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਜੇ ਇਹ ਦੋ ਨੇਤਰ ਨਾ ਹੋਣ ਨਾ ਤੇ ਦੁਨੀਆ ਕਾਲੀ ਹੈ ਕੁਝ ਨਹੀਂ ਦੇਖ ਸਕਦੇ ਆਪਾਂ ਦੁਨੀਆ ਦੇ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਲੀਸਟ ਸੰਭਾਲ ਕਰਦੇ ਹਾਂ ਕਿਸੇ ਚੀਜ਼ ਦੀ ਤੇ ਉਹ ਅੱਖਾਂ ਹੀ ਨੇ ਜੀ ਜਿੱਦਾਂ ਤੁਸੀਂ ਕਿਹਾ ਹੈਗਾ ਤੇ ਆਪਣੇ ਸਮਾਜ ਵਿੱਚ ਵੀ ਇਹੀ ਕਿਹਾ ਜਾਂਦਾ ਹੈ ਨੇਤਰ ਪ੍ਰਕਾਸ਼ ਗਿਆ ਗੁਰਦੇਵ ਤੇ ਦੰਦ ਗਏ ਖਾਨ ਗਏ ਅੱਖਾਂ ਗਈਆਂ ਜਹਾਨ ਗਿਆ ਸੋ ਇਹ ਤਾਂ ਹਮੇਸ਼ਾ ਸ਼ਾਸਤਰਾਾਂ ਚ ਵੀ ਲਿਖਿਆ ਕਿ ਅੱਖਾਂ ਤੋਂ ਜ਼ਿਆਦਾ ਕੋਈ ਬਹੁਮੁੱਲੀ ਚੀਜ਼ ਨਹੀਂ ਹੈ ਬਿਲਕੁਲ ਸਹੀ ਪਰ ਗੱਲ ਦੂਜਾ ਸੱਚੀ ਹੈ ਕਿ ਆਪਾਂ ਅਣਗਹਿਲੀ ਕਰਦੇ ਹਾਂ ਆਪਾਂ ਇਹਦੇ ਬਾਰੇ ਪਹਿਲਾਂ ਰੋਜ਼ਮਰਰਾ ਦੇ ਤੌਰ ਤੇ ਕੋਈ ਧਿਆਨ ਨਹੀਂ ਦਿੰਦੇ ਹਮ ਜ਼ਿਆਦਾਤਰ ਮਤਲਬ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਹਰ ਬੰਦੇ ਲਈ ਜ਼ਿਆਦਾਤਰ ਜੋ ਗੱਲ ਪਰਚਲਤ ਹੈ ਮਤਲਬ ਕਿ ਸਾਡੇ ਸਿਸਟਮ ਜਾਂ ਸਮਾਜ ਚ ਤੇ ਜਦੋਂ ਤੱਕ ਕੋਈ ਇਹੋ ਜਿਹੀਆਂ ਬਿਮਾਰੀਆਂ ਹਨ ਜਦੋਂ ਤੱਕ ਸਾਨੂੰ ਪਤਾ ਲੱਗਦਾ ਹੈ ਤੇ ਕਈ ਵਾਰੀ ਨੁਕਸਾਨ ਹੋ ਚੁੱਕਾ ਹੁੰਦਾ ਬਿਲਕੁਲ ਸਹੀ ਅੱਛਾ ਡਾਕਟਰ ਸਾਹਿਬ ਆਮ ਤੌਰ ਦੇ ਉੱਪਰ ਕਿਹੜੀਆਂ ਕਿਹੜੀਆਂ ਐਸੀਆਂ ਮੁਸ਼ਕਲਾਂ ਨੇ ਜਿਹੜੀਆਂ ਕਿ ਹਰੇਕ ਬੰਦੇ ਨੂੰ ਲਗਭਗ ਵਾਪਰ ਲੀਆਂ ਹੀ ਹੁੰਦੀਆਂ ਚਾਹੇ ਉਹ ਉਮਰ ਦੇ ਨਾਲ ਹੋਣ ਚਾਹੇ ਉਹ ਕਿਸੇ ਹੋਰ ਕਾਰਨ ਕਰਕੇ ਹੋਣ ਤੇ ਉਹਨਾਂ ਨੂੰ ਆਪਾਂ ਅਣਗਹਿਲੀ ਚ ਰੱਖ ਲੈਂਦੇ ਆਂ ਤੇ ਕਈ ਵਾਰ ਜ਼ਿਆਦਾ ਨੁਕਸਾਨ ਹੋ ਜਾਂਦਾ ਦੇਖੋ ਜੀ ਕਿ ਇੱਕ ਤਾਂ ਉਮਰ ਦੇ ਲਿਹਾਜ਼ ਨਾਲ ਚਿੱਟਾ ਮੋਤੀਆ ਜਿਹਨੂੰ ਇੰਗਲਿਸ਼ ਚ ਕੈਟਰਾਕਟ ਕਹਿੰਦੇ ਆ ਇਹ ਉਮਰ ਦੇ ਲਿਹਾਜ਼ ਨਾਲ ਸਭ ਨੂੰ ਆਉਣਾ ਹੀ ਆਉਣਾ ਹੈ ਜੀ ਇਹ ਕੋਈ ਬਿਮਾਰੀ ਨਹੀਂ ਹੈ ਇਹ ਜਿਹਨੂੰ ਕਹਿੰਦਾ ਸਨਾਈਲ ਏਜਿੰਗ ਉਮਰ ਦੇ ਲਿਹਾਜ਼ ਨਾਲ ਜਿਵੇਂ ਉਮਰ ਦੇ ਲਿਹਾਜ਼ ਨਾਲ ਤੌਲੇ ਆਉਣਾ ਹੀ ਆਉਣੇ ਜੀ ਉਮਰ ਦੇ ਲਿਹਾਜ਼ ਨਾਲ ਝੁਰੜੀਆਂ ਆਉਣੀਆਂ ਹੀ ਆਉਣੀਆਂ ਜੀ ਤੁਹਾਨੂੰ ਵੀ ਆਣਾ ਮੈਨੂੰ ਵੀ ਆਣਾ ਜਦੋਂ ਸਾਡੀ ਉਮਰ ਹੋਣੀ ਆ ਬਿਲਕੁਲ ਸਹੀ ਇਦਾਂ ਹੀ ਉਮਰ ਦੇ ਲਿਹਾਜ਼ ਨਾਲ ਤੁਸੀਂ ਕਹਿ ਲਓ ਕਿ ਉਹ ਅੱਖ ਦਾ ਲੈਂਸ ਜਿੰਨੇ ਸਾਨੂੰ ਪੂਰੀ ਜ਼ਿੰਦਗੀ ਨਿਗਾਹ ਦਿੰਦੀ ਹੈ ਹਮ ਹੁਣ ਅੱਜ ਉਹ ਚਿੱਟਾ ਹੋ ਗਿਆ ਤੇ ਸਾਡੀ ਨਜ਼ਰ ਕੱਟ ਜਾਂਦੀ ਹੈ ਬਿਲਕੁਲ ਸਹੀ ਤੇ ਕੱਲੇ ਚਿੱਟੇ ਮੋਤੀ ਦੇ ਨਾਲ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹੋ ਜਿਹਾ ਨੁਕਸਾਨ ਹੁੰਦਾ ਕਿ ਮੁੜ ਨਜ਼ਰ ਵਾਪਸ ਨਾ ਆ ਸਕੇ ਅੱਛਾ ਪਰ ਜਦੋਂ ਚਿੱਟਾ ਮੋਤੀ ਆ ਪੱਕ ਜਾਂਦਾ ਹੈ ਉਹਦੀਆਂ ਫਿਰ ਕੁਝ ਆਪਣੀਆਂ ਹੋਰ ਗੱਲ ਵਿਗੜ ਜਾਂਦੀ ਹੈ ਨਾਲ ਚਿੱਟਾ ਮੋਤੀ ਆ ਪੱਕੇ ਨਾਲ ਕਾਲਾ ਮੋਤੀਆ ਹੋ ਸਕਦਾ ਹੈ ਉਹ ਕੁਝ ਇਹੋ ਜਿਹੀਆਂ ਸਥਿਤੀ ਹੋ ਜਾਂਦੀ ਹੈ ਕਿ ਉਹਦੇ ਵਿੱਚ ਅੱਖ ਦਾ ਨਾ ਠੀਕ ਹੋਣ ਵਾਲਾ ਨੁਕਸਾਨ ਹੋ ਸਕਦਾ ਹੈ ਜ्यादातर ਜਿਹੜਾ ਹੈ ਚਿੱਟਾ ਮੋਤੀਆ ਜਿਹਨੂੰ ਅਸੀਂ ਕਹਿੰਦੇ ਕਿ ਇਵਰਸੀਬਲ ਰੀਵਰਸੀਬਲ ਬਲਾਈਂਡਨੈਸ ਨਹੀਂ ਕਰਦਾ ਹਮਮ ਮਤਲਬ ਉਹਨੂੰ ਆਪਾਂ ਕਿਉਰ ਕਰ ਸਕਦੇ ਕਿਉਰ ਕਰ ਸਕਦੇ ਹਮ ਜੀ ਮੈਂ ਦੱਸ ਦਿਆਂ ਜੀ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਟਾਕ ਤੇ ਇਹਦੇ ਵਿੱਚ ਡਾਕਟਰ ਸੁਖਬੀਰ ਭੋਰਾ ਮੇਰੇ ਨਾਲ ਨੇ ਇਹਨਾਂ ਦੇ ਆਕਾਲਾਈ ਹਸਪੀਟਲ ਤੋਂ ਤੁਸੀਂ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਉਹ ਲੈ ਸਕਦੇ ਹੋ ਜਲੰਧਰ ਦੇ ਵਿੱਚ ਮੌਜੂਦ ਹੈ ਬਾਕੀ ਡਿਟੇਲਸ ਤੁਹਾਡੀ ਟੀਵੀ ਸਕਰੀਨ ਦੇ ਉਪਰ ਆ ਰਹੀਆਂ ਹੋਣਗੀਆਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਵੀ ਸੰਪਰਕ ਕਰਕੇ ਤੇ ਜੇ ਤੁਹਾਡਾ ਇੰਡੀਆ ਟੂਰ ਲੱਗੇ ਜਾਂਦੇ ਤੁਸੀਂ ਜਦੋਂ ਵੀ ਆਉਣਾ ਹੋਵੇ ਤਾਂ ਤੁਸੀਂ ਆਪਣੀ ਅਪਾਇੰਟਮੈਂਟ ਵਗੈਰਾ ਲੈ ਸਕਦੇ ਹੋ ਡਾਕਟਰ ਸਾ ਚਿੱਟਾ ਮੋਤੀ ਤੁਸੀਂ ਕਹਿੰਦੇ ਕਿ ਹਰੇਕ ਨੂੰ ਆਉਣਾ ਹੀ ਆਉਣਾ ਤੇ ਜੇ ਸਮੇਂ ਤੇ ਆਪਾਂ ਸੰਭਾਲ ਲੈਨੇ ਇਹਦਾ ਮਤਲਬ ਮਸਲਾ ਮਸਲਾ ਹੱਲ ਹੋ ਜਾਣਾ ਬਿਲਕੁਲ ਜੀ ਕਾਲਾ ਮੋਤੀਆ ਕੀ ਚੀਜ਼ ਆ ਕਾਲਾ ਮੋਤੀਆ ਜੀ ਬੜੀ ਨਾ ਮੁਰਾਦ ਬਿਮਾਰੀ ਹੈ ਜਿਹੜੀ ਹੈ ਇਹ ਕੁਝ ਅੱਖ ਦਾ ਨਾ ਠੀਕ ਹੋਣ ਵਾਲਾ ਨੁਕਸਾਨ ਕਰਦੀ ਹੈ ਤੇ ਦੂਸਰੀ ਇਹਦੇ ਲਈ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਪਹਿਲਾਂ ਪਤਾ ਵੀ ਨਹੀਂ ਲੱਗਦਾ ਹਮ ਹਮ ਜਦੋਂ ਤੱਕ ਪਤਾ ਲੱਗਦੀ ਹੈ ਬਹੁਤ ਨੁਕਸਾਨ ਕਰ ਚੁੱਕੀ ਹੁੰਦੀ ਹੈ ਅੱਛਾ ਅਚਾਨਕ ਵੀ ਆ ਜਾਂਦੀ ਹੈ ਅਚਾਨਕ ਵੀ ਆ ਸਕਦੀ ਹੈ ਦੋ ਤਰ੍ਹਾਂ ਦੇ ਹੁੰਦੇ ਆ ਕਾਲਾ ਮੋਤੀਆ ਇੱਕ ਬਿਲਕੁਲ ਜਿਹੜਾ ਜ਼ਿਆਦਾਤਰ ਹੁੰਦਾ ਇਹ ਹੌਲੀ 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 ਅੱਖ ਦਾ ਨੁਕਸਾਨ ਕਰਦਾ ਰਹਿੰਦਾ ਹੈ ਇੱਕ ਤਰ੍ਹਾਂ ਦਾ ਕਾਲਾ ਮੋਤੀਆ ਹੁੰਦਾ ਜਿਹੜਾ ਇੱਕ ਅਟੈਕ ਦੇ ਰੂਪ ਚ ਇੱਕਦਮ ਜਦੋਂ ਆਂਦਾ ਹੈ ਜਿਹੜਾ ਅਟੈਕ ਦੇ ਰੂਪ ਚ ਆਂਦਾ ਹੈ ਉਹ ਤਾਂ ਜਦੋਂ ਅਟੈਕ ਆਂਦਾ ਸਾਨੂੰ ਇੰਨੀ ਜ਼ਿਆਦਾ ਤਕਲੀਫ ਹੁੰਦੀ ਹੈ ਕਿ ਤੁਹਾਨੂੰ ਇੱਕਦਮ ਪਤਾ ਲੱਗ ਜਾਂਦਾ ਹੈ ਅੱਛਾ ਕਿ ਪਰ ਜ਼ਿਆਦਾਤਰ ਜਿਹੜਾ ਹੁੰਦਾ ਹੈ ਉਹ ਜਿਹੜਾ ਹੌਲੀ 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 ਨੁਕਸਾਨ ਕਰਦਾ ਹੈ ਮਤਲਬ ਕਿ ਜਿਹੜਾ ਕੋਈ ਮਰੀਜ਼ ਹੈ ਉਕਾ ਉਹਗਾ ਮੇਰੀ ਤਾਂ ਨਜ਼ਰ 100 ਚ 100 ਪ੍ਰਤੀਸ਼ਤ ਹੈ ਜੋ ਸੱਚ ਹੈ ਕਾਲੇ ਮੋਤੀ ਵਿੱਚ ਦੇਖਣ ਦਾ ਦਾਇਰਾ ਦੇਖਣ ਦਾ ਦਾਇਰਾ ਹੌਲੀ ਹੌਲੀ ਘਟਦਾ ਰਹਿੰਦਾ ਹੈ ਦਾਇਰਾ ਮਤਲਬ ਇਹਿੰਦੇ ਸੰਸਾਈ ਦਾ ਦਾਇਰਾ ਮਤਲਬ ਕਿ ਮੈਂ ਮੈਂ ਜਿੱਦ ਇਧਰ ਦੇਖ ਰਿਹਾ ਕੈਮਰੇ ਵੱਲ ਤੇ ਮੈਨੂੰ ਮੈਂ ਕੈਮਰੇ ਤੇ ਨਜ਼ਰ ਰੱਖੀ ਮੈਨੂੰ ਤਾਂ ਵੀ ਪਤਾ ਲੱਗ ਰਿਹਾ ਕਿ ਇੱਥੇ ਤੁਸੀਂ ਬੈਠੇ ਆ ਤੁਸੀਂ ਆ ਚੈੱਕ ਵਾਲੀ ਸ਼ਰਟ ਪਾਈ ਆ ਪਿੱਛੇ ਆ ਬੈਕਗ੍ਰਾਉਂਡ ਕਾਲੇ ਮੋਤੀ ਚ ਇਹ ਹੁੰਦਾ ਕਿ ਐਂ ਦੇਖਣ ਦਾ ਦਾਇਰਾ ਹੌਲੀ 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 ਘਟਦਾ ਰਹਿੰਦਾ ਹੈ ਜਿਹਨੂੰ ਅਸੀਂ ਪੈਰੀਫਰਲ ਵਿਜ਼ਨ ਕਹਿੰਦੇ ਆਂ ਸਾਈਡ ਤੋਂ ਦੇਖਣ ਵਾਲੀ ਜਾਂ ਜਿਵੇਂ ਤੁਸੀਂ ਕਹੋ ਡਰਾਈਵਰੀ ਕਰਨ ਲਈ ਸਾਨੂੰ ਉਹ ਵਾਲੀ ਨਜ਼ਰ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਪਹਿਲੀ ਸਟੇਜਸ ਵਿੱਚ ਨਜ਼ਰ ਪੂਰੀ ਹੁੰਦੀ ਹੈ ਸੋ ਪਤਾ ਹੀ ਨਹੀਂ ਲੱਗਦਾ ਹੈ। ਜੀ ਜੀ। ਭਲਾ ਪਾਉਂਦੋਂ ਗਹਿਲੀ ਕਰਗੇ ਤੇ ਇਹਦਾ ਮਤਲਬ ਜੇ ਆਪਾਂ ਮਤਲਬ ਡਰਾਈਵਰੀ ਕਰਦੇ ਆ ਤਾਂ ਇੱਕ ਬਲਾਈਂਡ ਸਪੌਟ ਤਾਂ ਆਲਰੇਡੀ ਹੁੰਦਾ ਗੱਡੀ ਦੇ ਵਿੱਚ ਤੇ ਜੇ ਮਰੋਂ ਨਜ਼ਰ ਦੇ ਵਿੱਚ ਇਹ ਚੀਜ਼ ਆਏ ਨਹੀਂ ਤਾਂ ਫਿਰ ਤਾਂ ਜਾਨ ਵੀ ਜਾ ਸਕਦੀ ਬੰਦੇ ਦੀ। ਜੀ ਕਾਲੇ ਮੋਤੀਏ ਜਿੱਦਾਂ ਹੌਲੀ-ਹੌਲੀ ਦੇਖਣ ਦਾ ਦਾਇਰਾ ਨਾਲ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਬਿਆਨ ਕੀਤਾ ਕਿ ਇਹਦੇ ਵਿੱਚ ਜਿਹੜੀ ਨਜ਼ਰ ਚੱਲੇਗੀ ਸੋ ਚੱਲੇਗੀ। ਜੇ ਫਰਜ਼ ਕਰੋ ਅੱਜ ਕੋਈ ਸਾਡੇ ਮਰੀਜ਼ ਆਇਆ ਹੈ ਜੀ ਜੀ ਉਹ ਆਪਣੀ ਵੈਸੀ ਹੀ ਰੂਟੀਨ ਚ ਅੱਖਾਂ ਚੈੱਕ ਕਰਾਣ ਆਇਆ ਤੇ ਸਾਨੂੰ ਪਤਾ ਲੱਗਾ ਕਿ ਇਹਨਾਂ ਨੂੰ ਕਾਲਾ ਮੋਤੀਆ ਹੈ ਹਮਮ ਤੇ ਕਾਲੇ ਮੋਤੀਆ ਨੇ ਇਹਨਾਂ ਦੀ 50% ਨਜ਼ਰ ਜਾ ਚੁੱਕੀ ਹੈ ਅੱਛਾ ਜੀ ਤੇ ਹੁਣ ਜੋ ਦਵਾਈਆਂ ਜਾਂ ਆਪਰੇਸ਼ਨ ਜੋ ਕੁਝ ਕੀਤਾ ਜਾਏਗਾ ਉਹ ਬਚੀ ਹੋਈ 50% ਨਜ਼ਰ ਨੂੰ ਬਚਾੜ ਲਈ ਕੀਤਾ ਜਾਏਗਾ ਜਿਹੜੀ ਪਹਿਲੀ 50% ਅੱਜ ਤੱਕ ਸਾਨੂੰ ਨਹੀਂ ਪਤਾ ਲੱਗਾ ਜਾਂ ਮਰੀਜ਼ ਨੂੰ ਨਹੀਂ ਪਤਾ ਲੱਗਾ ਉਹ ਚਲੇ ਗਈ ਉਦੋਂ ਇਹ ਨਹੀਂ ਕੁਝ ਕੀਤਾ ਜਾ ਸਕਦਾ اچھا ਵਾਪਸ ਨਹੀਂ ਆ ਸਕਦੇ ਉਹ ਵਾਪਸ ਨਹੀਂ ਆ ਸਕਦੇ ਚਿੱਟੇ ਮੋਤੀਏ ਚ ਇਸ ਤੋਂ ਬਿਲਕੁਲ ਆਪੋਜ਼ਿਟ ਹੈ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਿਆਦਾ ਨਜ਼ਰ ਵੀ ਕੱਟੀ ਹੁੰਦੀ ਆ ਚਿੱਟੇ ਮੋਤੀਏ ਦਾ ਵਧੀਆ ਕਾਮਯਾਬ ਆਪਰੇਸ਼ਨ ਵਾਕ ਇਨ ਸਰਜਰੀ ਜਿਹਨੂੰ ਕਹਿੰਦੇ ਉਹ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਹਾਡੀ ਮੂੜ ਨਜ਼ਰ ਆ ਜਾਂਦੀ ਹੈ ਬਿਲਕੁਲ ਸਹੀ ਪਰ ਕਾਲੇ ਮੋਤੀਏ ਚ ਨਹੀਂ ਹੈ ਤਾਂ ਹੀ ਇਹ ਤਾਂ ਲਈ ਅਵੇਅਰਨੈਸ ਹੋਣੀ ਚਾਹੀਦੀ ਹੈ ਤਾਂ ਹੀ ਇਨੀਸ਼ੀਅਲੀ ਜੇ ਆਪਾਂ ਨੂੰ ਬਹੁਤ ਪਹਿਲੀ ਸਟੇਜ ਤੇ ਪਤਾ ਲੱਗ ਜਾਏ ਸ਼ੁਰੂਆਤੀ ਚ ਮੂੜ ਚ ਤੇ ਫਿਰ ਆਪਾਂ ਉਹਨੂੰ ਉੱਥੇ ਹੀ ਰੋਕ ਸਕਦੇ ਹਾਂ ਤੇ ਇਹ ਇਹ ਸਾਰਾ ਕੁਝ ਪਤਾ ਲਾਉਣ ਦੇ ਲਈ ਕੁ ਐਡਵਾਂਸ ਮਸ਼ੀਨਾਂ ਵਗੈਰਾ ਵੀ ਹੁੰਦੀਆਂ ਜਿਨ੍ਹਾਂ ਤੋਂ ਮਤਲਬ ਹਾਂਜੀ ਜੀ ਕਾਫੀ ਐਡਵਾਂਸ ਮਸ਼ੀਨਾਂ ਹੁੰਦੀਆਂ ਸਾਡੇ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਕੋਲ ਕੋਈ ਮਰੀਜ਼ ਆਪਣੀ ਅੱਖਾਂ ਵੀ ਚੈੱਕ ਕਰਾਣ ਆਇਆ ਹੈ ਮਤਲਬ ਕਿ ਤੁਸੀਂ ਕਹੋ ਮੈਨੂੰ ਸਿਰਫ ਅੱਖਾਂ ਚੋਂ ਪਾਣੀ ਚੱਲਦਾ ਹੈ ਮੈਨੂੰ ਐਨਕ ਦਾ ਨੰਬਰ ਨਹੀਂ ਠੀਕ ਹੈ ਤੁਸੀਂ ਉਹਨੂੰ ਕਾਲੇ ਮੋਤੀ ਲਈ ਚੈੱਕ ਕਰ ਲਓ ਅੱਛਾ ਜੀ ਇੱਕ ਆਪਾਂ ਬੇਸਿਕ ਸਕਰੀਨਿੰਗ ਟੈਸਟ ਕਰ ਲੈਂਦੇ ਜਿੱਥੋਂ ਸਾਨੂੰ ਆਈਡੀਆ ਜੇ ਉਹਦੇ ਵਿੱਚ ਕੋਈ ਗੱਲ ਨਹੀਂ ਨਿਕਲੀ ਤੇ ਗੱਲ ਖਤਮ ਜੇ ਉਹ ਚ ਕੋਈ ਸ਼ੱਕ ਪਿਆ ਫਿਰ ਉਹਨੂੰ ਪੂਰੀ ਡਿਟੇਲ ਜਿਹਨੂੰ ਕਹਿੰਦੇ ਵਾਲ ਦੀ ਖੱਲ ਉਤਾਰਨ ਵਾਲੀ ਗੱਲ ਉਧਰਲੇ ਪਾਸੇ ਨੂੰ ਕਰਕੇ ਕਿਉਂ ਇੰਨੀ ਧਿਆਨ ਦੇਣਾ ਚਾਹੁੰਦਾ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਹੈ ਕਿਉਂਕਿ ਪਹਿਲਾਂ ਪਤਾ ਨਹੀਂ ਲੱਗਦਾ ਜਦੋਂ ਤੱਕ ਪਤਾ ਲੱਗਦਾ ਹੈ ਤੇ ਬਹੁਤ ਨੁਕਸਾਨ ਕਰ ਦਿੰਦਾ ਤੇ ਇਹ ਮੰਨ ਲਓ ਜਿੱਦਾਂ ਹੁਣ ਮੈਂ ਆਪਾਂ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਨੇ ਇਸ ਵਕਤ ਤੇ ਇੰਡੀਆ ਕੀੜਾ ਲੱਗਦਾ ਰਹਿੰਦਾ ਜੀ ਤੇ ਕਈ ਵਾਰ ਅੰਗੈਲੀ ਹੁੰਦੀ ਆ ਬੰਦੇ ਦੀ ਤੇ ਯਾਰ ਨਹੀਂ ਟਾਈਮ ਲੱਗਾ ਤੇ ਜੇ ਉਹ ਆਉਣ ਮੰਨ ਲਓ ਵੀ ਇਦਾਂ ਹੀ ਜਸਟ ਟੈਸਟ ਵਗੈਰਾ ਕਰਾਉਣ ਦੇ ਲਈ ਤੇ ਕਿੰਨਾ ਕੁ ਸਮਾਂ ਸਮਾਂ ਲੱਗਦਾ ਜੀ ਮੈਂ ਫਿਰ ਦੱਸਿਆ ਕਿ ਹਰ ਬੰਦੇ ਨੂੰ ਜਿਹੜਾ ਅਸੀਂ ਪਹਿਲਾਂ ਬੇਸਿਕ ਚੈੱਕ ਕਰਨੇ ਕਿ ਕਾਲੇ ਮੋਤੀ ਦੇ ਸ਼ੱਕ ਦੇ ਦਾਇਰੇ 'ਚ ਹੈ ਕਿ ਨਹੀਂ ਉਹ 2-4 ਮਿੰਟ ਅੱਛਾ ਜੀ ਜੇ ਕਿਸੇ ਨਾਲੇ ਹਰ ਬੰਦੇ ਨੂੰ ਕਾਲੇ ਮੋਤੀਆ ਦਾ ਸ਼ੱਕ ਨਹੀਂ ਹੁੰਦਾ ਜੇ ਕਿਸੇ ਦਸਾਂ 'ਚ ਕਿਸੇ ਇੱਕ ਨੂੰ ਨਿਕਲਿਆ ਉਹਨਾਂ ਨੂੰ ਫਿਰ ਅਸੀਂ ਬਰੀਕੀ 'ਚ ਟੈਸਟ ਕਰਾਂਗੇ ਉਹ ਤਾਂ ਤੁਸੀਂ ਕਹ ਲਓ ਇੱਕ ਅੱਧਾ ਘੰਟਾ ਲੱਗੇਗਾ ਅੱਛਾ ਫਿਰ ਸਾਨੂੰ ਪਤਾ ਲੱਗੇਗਾ ਕਿ ਹੈ ਕਿ ਨਹੀਂ ਹੈ ਦਵਾਈ ਦੇ ਕੇ ਚਲਾਣਾ ਕਿ ਆਪਰੇਸ਼ਨ ਕਰਨਾ ਹੈਗਾ ਸੋ ਇਹ ਗੱਲ ਪਰ ਸਾਨੂੰ ਐਜ਼ ਅ ਆਈ ਸਪੈਸ਼ਲਿਸਟ ਹਰ ਬੰਦੇ ਨੂੰ ਸੋਚੋ ਕਾਲਾ ਮੋਤੀਆ ਹੈ ਜਦੋਂ ਤੱਕ ਉਹ ਗਲਤ ਸਾਬਤ ਨਹੀਂ ਹੁੰਦਾ ਅਚਾਈ ਮਤਲਬ ਇਹ ਸ਼ੱਕ ਦੇ ਦਾਇਰੇ ਨਾਲ ਹਰ ਬੰਦੇ ਨੂੰ ਦੇਖ ਜਾਓ ਇਹ ਹੀ ਸਾਨੂੰ ਦੱਸਿਆ ਜਾਂਦਾ ਹੈ ਇਹ ਬੜੀ ਵੱਡੀ ਗੱਲ ਹੈ ਜੀ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂ ਕਿ ਕਿੱਡੀ ਵੱਡੀ ਗੱਲ ਹੈ ਕਿ ਇੱਕ ਅੱਖ ਦਾ ਜਿਹੜਾ ਦਾਇਰਾ ਹੈ ਉਹ ਘਟਦਾ ਘਟਦਾ ਘਟ ਰਿਹਾ ਪਰ ਆਪਾਂ ਨੂੰ ਆਈਡੀਆ ਨਹੀਂ ਹੋ ਰਿਹਾ ਆਪਾਂ ਨੂੰ ਨਹੀਂ ਲੱਗ ਰਿਹਾ ਕਿ ਆਪਣੀ ਨਜ਼ਰ ਕਮਜ਼ੋਰ ਹੋ ਰਹੀ ਹੈ ਜਾਂ ਆਪਣੀ ਨਜ਼ਰ ਜਾ ਰਹੀ ਹੈ ਐਂਡ ਉਹ ਜਿੰਨੀ ਚਲੀ ਜਾਏਗੀ ਇੱਕ ਵਾਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆ ਸਕਦੀ ਤੇ ਮੇਰੇ ਖਿਆਲ ਨਾਲ ਖਾਸ ਕਰਕੇ ਆਪਣੇ ਪੰਜਾਬੀ ਭਰਾਵਾਂ ਬਾਹਰ ਡਰਾਈਵਰੀ ਦਾ ਕੰਮ ਹੀ ਕਰਦੇ ਨੇ ਤੇ ਕਿਉਂਕਿ ਗੱਡੀਆਂ ਵੀ ਬਹੁਤ ਤੇਜ਼ ਚੱਲਦੀਆਂ ਨੇ ਇਹ ਨਾ ਹੋਵੇ ਕਿ ਤੇ ਐਵੇਂ ਨਿੱਕੀ ਮੋਟੀ ਅਣ ਗਹਿਲੀ ਦਾ ਕਰਕੇ ਆਪ ਆਪਣੀ ਜਾਨ ਗਵਾ ਲਈਏ ਇਸ ਕਰਕੇ ਰੈਗੂਲਰ ਚੈੱਕ ਅਪ ਜਿਹੜਾ ਹੈ ਜ਼ਰੂਰ ਕਰਾਉਂਦੇ ਰਹਿਣਾ ਚਾਹੀਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਇਹੋ ਜੀ ਕੋਈ ਵੀ ਗੱਲਬਾਤ ਹੈ ਤੁਸੀਂ ਇੰਡੀਆ ਕਿਤੇ ਚੱਕਰ ਮਾਰਨਾ ਤਾਂ ਕਾਲ ਆਈ ਹਸਪੀਟਲ ਦੇ ਡਾਕਟਰ ਸਦੀਪ ਪੋਰਾ ਹੋਰ ਉਹਨੂੰ ਤੁਸੀਂ ਮਿਲ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਵੀ ਆ ਰਹੇ ਨੇ ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਅੱਗੋਂ ਪਿੱਛੋਂ ਵੀ ਫੋਨ ਕਰਕੇ ਜਿਹੜੀ ਆਪਣੀ ਜੋ ਵੀ ਕੰਡੀਸ਼ਨ ਹੈ ਉਹਦੇ ਬਾਰੇ ਇਨਫਰਮੇਸ਼ਨ ਜਿਹੜੀ ਹੈ ਉਹੀ ਲੈ ਸਕਦੇ ਹਾਂ ਅੱਛਾ ਇੱਥੇ ਡਾਕਟਰ ਸਾਹਿਬ ਇੱਕ ਗੱਲ ਮੈਨੂੰ ਦੱਸਿਓ ਕਿ ਇਹ ਕਿਉਂਕਿ ਮੋਸਟਲੀ ਨਾ ਦਿਨ ਰਾਤ ਦਾ ਫਰਕ ਹੁੰਦਾ ਤੇ ਕਿਸੇ ਵੇਲੇ ਫੋਨ ਫੇ ਕਰਨ ਦਾ ਟਾਈਮ ਵਗੈਰਾ ਕੀ ਹੁੰਦਾ ਜੀ ਦੇਖੋ ਦਿਨ ਰਾਤ ਦਾ ਫਰਕ ਤੇ ਹੈ ਪਰ ਉਹੀ ਜਿੱਦਾਂ ਨਾਰਥ ਅਮਰੀਕਾ ਸਪੈਸ਼ਲੀ ਭਾਵੇਂ ਟੋਰਾਂਟੋ ਸਾਈਡ ਹੈਗੇ ਜਾਂ ਉੱਪਰ ਦੂਜੀ ਜਿਹੜਾ ਟਾਈਮ ਜ਼ੋਨ ਆ ਵੈਂਕੂਵਰ ਲਈ ਉਹਦੇ ਵਿੱਚ ਦੋ ਹੀ ਸਮੇਂ ਹਿੰਦੁਸਤਾਨ ਦੇ हिसाब ਨਾਲ ਠੀਕ ਹੁੰਦੇ ਨੇ ਜਦੋਂ ਸਾਡੇ ਇੱਥੇ ਸ਼ਾਮ ਨੂੰ 8-9 ਵਜੇ ਜਾਂਦੇ ਹੈਗੇ ਤੇ ਉੱਥੇ ਸਵੇਰ ਹੋਈ ਹੁੰਦੀ ਆ ਟੋਰਾਂਟੋ ਲਈ ਸਾਡੇ ਕੋਲ ਥੋੜਾ ਟ੍ਰਾਂਟੋ ਮਤਲਬ ਈਸਟ ਕੋਸਟ ਪਾਵੇਂ ਉਹ ਨਿਊਯਾਰਕ ਮਿਸ਼ੀਗਨ ਟ੍ਰਾਂਟੋ ਕਿਊਬੈਕ ਆਵਲੇ ਸਾਰਾ ਹੋ ਗਿਆ ਉਹਦੇ ਲਈ ਸਾਡੇ ਕੋਲ ਸਮਾਂ ਥੋੜਾ ਜ਼ਿਆਦਾ ਹੁੰਦਾ ਹੈ ਕਿਉਂਕਿ ਆਪਾਂ 5 6 ਵਜੇ ਜਦੋਂ ਸਾਡੇ ਉੱਥੇ ਉੱਥੇ ਵੀ ਦਿਨ ਚੜ ਜਾਂਦਾ ਹੈਗਾ ਸੋ ਸਪੈਸ਼ਲੀ ਜਿਹੜਾ ਬੇ ਏਰੀਆ ਜਾਂ ਜਿਹੜਾ ਉੱਪਰ ਬ੍ਰਿਟਿਸ਼ ਕੋਲੰਬੀਆ ਆਵਲੇ ਜਿਹੜੇ ਜ਼ੋਨ ਹੈਗੇ ਆ ਉਹਦੇ ਵਿੱਚ ਥੋੜਾ ਸਮਾਂ ਘੱਟ ਹੁੰਦਾ ਜਿੱਦਾਂ ਜਦੋਂ ਸਾਡੇ ਹਿੰਦੁਸਤਾਨ ਚ ਰਾਤ ਦੇ 8 ਵਜੇ ਤੋਂ 10 10:30 ਵਜੇ ਤੱਕ ਜਾਂ ਫਿਰ ਸਵੇਰੇ ਸਵੇਰੇ ਜਿਹੜਾ ਸਮਾਂ ਹੁੰਦਾ ਉਸੇ ਸਮੇਤ ਦਰਾਂ ਬਾਕੀ ਸਾਡਾ ਫੋਨ ਨੰਬਰ ਹੈ ਸਾਡਾ ਇੱਕ ਹੈਲਪਲਾਈਨ ਨੰਬਰ ਹੈ ਉਹਦੇ ਤੇ ਵੀ ਬਾਕੀ ਅੱਜ ਕੱਲ ਬੋਲ ਕੇ ਵੀ ਦੱਸ ਦਿਓ ਤਾਂ ਬਹੁਤ ਮਿਹਰਬਾਨੀ ਜੀ ਸਾਡਾ ਜੀ ਜਿਹੜਾ ਹੈਲਪਲਾਈਨ ਨੰਬਰ ਹੈ ਉਹ ਹੈ 7355010101 ਤੇ ਇਹਨੂੰ ਇਹਨੂੰ WhatsApp ਤੇ ਵੀ अवेलेबल ਹੈ ਤੇ ਇਹ ਹੈਲਪਲਾਈਨ ਨੰਬਰ ਹੈ ਇੱਥੇ ਕੋਈ ਤੁਸੀਂ ਆਪਣੀ ਕੁਇਰੀ ਵੀ ਪਾ ਸਕਦੇ ਹੈਗੇ ਆ ਤੇ ਇੱਕ ਮੇਰਾ ਮੋਬਾਈਲ ਨੰਬਰ ਹੈ ਉਹ ਵੀ ਜਿਹੜਾ ਹੈਗਾ ਇੱਥੇ ਫਲੈਸ਼ ਕੀਤਾ ਜਾ ਰਿਹਾ ਤੇ ਕਿਸੇ ਨੂੰ ਕੋਈ ਕੁਇਰੀ ਹੋਵੇ ਜੀਆਂ ਨੂੰ ਮੋਸਟ ਵੈਲਕਮ ਅਸੀਂ ਉਹਨਾਂ ਦੇ ਜਿਹੜੀ ਹੈਗੀਆਂ ਮੁਸ਼ਕਲਾਂ ਦਾ ਜਾਂ ਉਹਨਾਂ ਦੀ ਕੋਈ ਜਿਹੜੀ ਤਕਲੀਫ ਉਹਨਾਂ ਦਾ ਜਵਾਬ ਦੇਣ ਲਈ ਹਮੇਸ਼ਾ ਹਾਜ਼ਰ ਹੈਗੇ ਆ ਅੱਛਾ ਡਾਕਟਰ ਸਾਹਿਬ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਉਹ ਆਉਂਦੀ ਬਜਟ ਦੀ ਜੀ ਇਹ ਖਰਚਾ ਕਿੰਨਾ ਕਾਉਂਦਾ ਇਹ ਸਾਰੇ ਕੁਝ ਤੇ ਜਿਵੇਂ ਚਿੱਟੇ ਮੋਤੀ ਮੋਤੀ ਦੀ ਸਰਜਰੀ ਤੇ ਜਾਂ ਚੈੱਕਅਪ ਤੇ ਜਾਂ ਜੇ ਆਪਾਂ ਕਾਲੇ ਮੋਤੀ ਵਾਲੇ ਪ ਦੇਖੋ ਜੀ ਜਿਹੜਾ ਤੁਸੀਂ ਕਹਿ ਲੋ ਜੇ ਆਪਰੇਸ਼ਨ ਦੀ ਜ਼ਰੂਰਤ ਪਵੇ ਤੇ ਤੁਸੀਂ ਕਹਿ ਲੋ ਹਿੰਦੁਸਤਾਨੀ 30 35 40000 ਡਿਪੈਂਡ ਕਰਕੇ ਕੀ ਪ੍ਰੋਬਲਮ ਹੈਗੀ ਕੀ ਨਹੀਂ ਇੱਕ ਬਹੁਤ ਰੇਅਰ ਕੰਡੀਸ਼ਨ ਹੁੰਦੀ ਹੈ ਇੱਕ ਤਰ੍ਹਾਂ ਦੇ ਇੱਕ ਸਪੈਸ਼ਲ ਡਿਵਾਈਸ ਹੁੰਦੀ ਆ ਇੱਕ ਸ਼ੰਟ ਜਿਹੜਾ ਦੋਨੋਂ ਪਾਸੇ ਅੱਖ ਦੇ ਅੰਦਰ ਪ੍ਰੈਸ਼ਰ ਬਰਾਬਰ ਕਰ ਦਿੰਦਾ ਹੈ ਜਿੱਦਾਂ ਤੁਸੀਂ ਕਹਿ ਲੋ ਕਿ ਪ੍ਰੈਸ਼ਰ ਕੁੱਕ ਕਰਦੀ ਸੀਟੀ ਮੰਗੋ ਇੱਕ ਪਾਸੇ ਪ੍ਰੈਸ਼ਰ ਨਿਕਲਾਉਨੇ ਹੋ ਦੂਜੇ ਪਾਸੇ ਕੱਢ ਦਿੱਤਾ ਉਹ ਹਰ ਇੱਕ ਚ ਜ਼ਰੂਰਤ ਨਹੀਂ ਪੈਂਦੀ ਕਿਸੇ ਸਪੈਸ਼ਲ ਕੰਡੀਸ਼ਨਸ ਚ ਉਹ ਪੈਂਦੇ ਹੈਗੇ ਤੇ ਉਹ ਅਮਰੀਕਨ ਡਾਲਰਾਂ ਦੇ ਰੂਪ ਚ ਹੀ ਆਂਦੇ ਨੇ ਸਰਜਨ ਨੇ ਸਿਰਫ ਉਹ ਇੰਪਲਾਂਟ ਫਿਟ ਕਰਨਾ ਹੁੰਦਾ ਉਹਨਾਂ ਦਾ ਖਰਚਾ ਕੁਝ ਜ਼ਿਆਦਾ ਹੁੰਦਾ ਹੈ ਉਹ ਵੀ ਡਿਪੈਂਡਿੰਗ ਅਪਨ ਤੇ ਡਾਲਰ ਦਾ ਜੋ ਹਾਲ ਹੈ ਤੁਹਾਨੂੰ ਪਤਾ ਹੀ ਹੈ ਉਹਨੇ ਤੇ ਉਹ ਰਫਲੀ ਤੁਸੀਂ ਕਹਿ ਲਓ ਹਿੰਦੁਸਤਾਨੀ 60 70 ਹਜ਼ਾਰ ਇਹਦੇ ਵਿੱਚ ਤਾਂ ਮੈਂ ਜੋ ਮੈਂ ਕਹਿ ਰਿਹਾ ਹਾਂ ਥੋੜੀ ਬਹੁਤੀ ਵਰੀਏਸ਼ਨ ਹੋ ਸਕਦੀ ਹੈ ਕਿਉਂਕਿ ਡਾਲਰ ਕਰਕੇ ਕੁਝ ਕੁ ਨਵੀਆਂ ਨਵੀਆਂ ਕੰਪਨੀਆਂਸ ਦੇ ਆਉਂਦੇ ਕੁਝ ਮਹਿੰਗੇ ਹੁੰਦੇ ਕੁਝ ਸਸਤੇ ਹੁੰਦੇ ਮੋٹے ਮੋٹے ਤੌਰ ਤੇ ਬਿਲਕੁਲ ਜੀ ਮੈਂ ਦੱਸ ਦਿਆ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਟਾਕ ਆਪਾਂ ਇੱਕ ਛੋਟੇ ਜਿਹੇ ਵਕਤ ਲਈ ਰੁਕਾਂਗੇ ਉਸ ਤੋਂ ਬਾਅਦ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਮੈਂ ਦੱਸ ਦਿਆਂ ਕਿ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਡਾਕਟਰ ਸਤਬੀਰ ਪੋਰਾ ਹੋਰਨ ਦੇ ਨਾਲ ਜਿਹੜੇ ਕਿ ਅਕਾਲੀ ਹਸਪੀਟਲ ਦਲੰਦਰ ਤੋਂ ਨੇ ਤੇ ਆਪਾਂ ਨੂੰ ਇਹ ਦੱਸਣ ਲੈਣੇ ਕਿ ਅੱਖਾਂ ਨਾਲ ਰਿਲੇਟਡ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਨੇ ਤੇ ਉਹਨਾਂ ਦਾ ਹੱਲ ਕੀ ਹੋ ਸਕਦਾ ਡਾਕਟਰ ਸਾਹਿਬ ਇੱਕ ਚੀਜ਼ ਮੈਨੂੰ ਜ਼ਰੂਰ ਦੱਸੋ ਕਿ ਐਨਕਾਂ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਨਿਕਨੇ ਕਿ ਨਿਆਣਾਂ ਤੋਂ ਲੈ ਕੇ ਜਦੋਂ ਵਿਆਹ ਸ਼ਾਦੀ ਦੀ ਉਮਰ ਹੁੰਦੀ ਉਦੋਂ ਦਾ ਏਦਾਂ ਹੁੰਦਾ ਵੀ ਆਏ ਇਹਦਾ ਕੋਈ ਹੱਲ ਕਰ ਦਿਓ ਤੇ ਜੋ ਥੋੜੀ ਜੀ ਏਜ ਵੱਧ ਜਾਂਦੀ ਉਦ ਦੇਖੋ ਪਹਿਲਾਂ ਤਾਂ ਐਨਕ ਕੋਈ ਬਿਮਾਰੀ ਨਹੀਂ ਹੈ ਆਪਾਂ ਨੂੰ ਕਦੇ ਨਹੀਂ ਸੋਚਣਾ ਚਾਹੀਦਾ ਕਿ ਇਸ ਬੱਚੇ ਨੂੰ ਐਨਕ ਲੱਗੀ ਇਹ ਚ ਕੋਈ ਹੀਣ ਭਾਵਨਾ ਹੈ ਜਾਂ ਇਹਦੇ ਚ ਕੋਈ ਫਰਕ ਹੈ ਜਾਂ ਇਹ ਚ ਕੋਈ ਕਮਜ਼ੋਰੀ ਹੈ ਬਾਕੀਆਂ ਦੇ ਮੁਕਾਬਲੇ ਇਹ ਕਿਹਾ ਜਾਂਦਾ ਕਿ ਆਈਡਲੀ 19% ਤੋਂ 20% ਥੋੜਾ ਫਰਕ ਮੁਲਕ ਦੇ ਹਿਸਾਬ ਨਾਲ ਇਹ ਜਿਹੜਾ ਡਾਟਾ ਇਹ ਚੇਂਜ ਕਰਦੇ ਨੇ ਇੰਨੇ ਪ੍ਰਤੀਸ਼ਤ ਲੋਕਾਂ ਚ ਐਨਕ ਲਗਦੀ ਲਗਦੀ ਆਪਾਂ ਕਹਿੰਨੇ ਪੁਰਾਣੇ ਵੇਲੇਾਂ ਚ ਐਨਕਾਂ ਬਹੁਤ ਘੱਟ ਸੀਗੀ ਉਦੋਂ ਇੰਨੀਆਂ ਸਹੂਲਤਾਂ ਨਹੀਂ ਸੀ ਕਿ ਪਤਾ ਲੱਗਦੇ ਸੀ ਅੱਜ ਬਹੁਤ ਜਲਦੀ ਪਤਾ ਲੱਗ ਜਾਂਦਾ ਹੈ ਜੀ ਦੂਸਰੀ ਗੱਲ ਹੈ ਕਿ ਐਨਕ ਜੇ ਕਿਸੇ ਬੱਚੇ ਨੂੰ ਹੈ ਤੇ ਪਹਿਲੇ 18 ਸਾਲ ਦੀ ਉਮਰ ਤੱਕ ਐਨਕ ਲਗਾਣੀ ਹੀ ਲਗਾਣੀ ਹੈ ਅੱਛਾ ਜੋ ਨੈਸੈਸਿਟੀ ਹੈ ਉਹ ਨੈਸੈਸਿਟੀ ਹੈ ਕਿਉਂਕਿ ਜੇ ਐਨਕ ਦਾ ਨੰਬਰ ਹੈ ਜੀ ਤੇ ਆਪਾਂ ਐਨਕ ਨਹੀਂ ਲਗਾ ਰਹੇ ਬੱਚਿਆਂ ਚ ਹਮ ਹਮ ਤੇ ਉਹਨਾਂ ਦੀ ਨਜ਼ਰ ਬਿਨਾਂ ਕਿਸੇ ਬਿਮਾਰੀ ਤੋਂ ਘੱਟ ਰੁਖੋ ਤੇ ਰੁਕ ਜਾਂਦੀ ਹੈ ਅੱਛਾ ਜੀ ਐਨਕ ਦਾ ਨੰਬਰ ਜਦੋਂ ਤੱਕ ਉਮਰ 18 ਸਾਲ ਨਹੀਂ ਹੁੰਦੀ ਬਦਲਦਾ ਰਹਿੰਦਾ ਹੈ ਸੋ ਐਜ਼ ਅ ਪੇਰੈਂਟ ਐਜ਼ ਅ ਮਤਲਬ ਕਿ ਬੱਚੇ ਦੇ ਮਾਤਾ ਪਿਤਾ ਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਕਿ ਜਿਵੇਂ ਜਿਵੇਂ ਉਹਨਾਂ ਨੂੰ ਬੁਲਾਇਆ ਜਾਵੇ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਐਨਕ ਦਾ ਨੰਬਰ ਚੈੱਕ ਕਰਾਉਂਦੇ ਰਹਿਣਾ ਕਦੋਂ ਤੱਕ ਜ਼ਰੂਰੀ ਹੈ ਮਤਲਬ ਇਹ ਇਹਦੇ ਧਣ ਗਹਿਲੀ ਨਹੀਂ ਕਰਨੀ ਚਾਹੀਦੀ ਜੇ فرض ਕਰੋ ਅੱਜ ਕਿਸੇ ਬੱਚੇ ਦੀ 10 ਸਾਲ ਉਮਰ ਹੈ ਤੇ ਸਾਨੂੰ ਪਤਾ ਲੱਗੇ ਇਹਨੂੰ ਚਸ਼ਮੇ ਦਾ ਨੰਬਰ ਹੈ ਤੇ ਹਰ 3 ਤੋਂ 6 ਮਹੀਨਿਆਂ ਚ ਚੈੱਕ ਕਰਾਈ ਜਾਓ ਜੇ ਕਿਤੇ ਨੰਬਰ ਵੱਧਦਾ ਵੀ ਪਿਆ ਹੈ ਤੇ ਕੋਈ ਗੱਲ ਨਹੀਂ ਪਰ ਨੰਬਰ ਬਦਲਣ ਦੇ ਬਾਵਜੂਦ ਉਹਦੀ ਨਜ਼ਰ 100 ਤੋਂ 100 ਪ੍ਰਤੀਸ਼ਤ ਹੈ ਗੱਲ ਖਤ। ਓਕੇ। ਕਦੋਂ ਤੱਕ ਇਹ ਕਰਨਾ ਹੈ 18 ਸਾਲ ਦੀ ਉਮਰ ਤੱਕ। ਜੀ। ਜਦੋਂ ਉਮਰ 18 ਸਾਲ ਹੋ ਗਈ ਹੈ ਉਸ ਤੋਂ ਬਾਅਦ ਐਨਕ ਦਾ ਨੰਬਰ ਉੱਥੇ ਸਟੇਬਲ ਹੋ ਜਾਂਦਾ ਹੈ, ਰੁਕ ਜਾਂਦਾ ਹੈ। ਜੀ। ਉਸ ਤੋਂ ਬਾਅਦ ਸਾਡੇ ਕੋਲ ਕਈ ਇਲਾਜ ਹਨ। ਹਮ। ਉਸ ਤੋਂ ਬਾਅਦ ਜੇ ਜ਼ਿਆਦਾਤਰ 90 ਪ੍ਰਤੀਸ਼ਤ ਲੋਕਾਂ 'ਚ ਲੇਸਿਕ 레이జర్ ਜੀ। ਇੱਕ ਇਹੋ ਜੀ ਟੈਕਨੀਕ ਹੈ ਕਿ ਇੱਕ ਵਾਰੀ 레이జర్ ਹੁੰਦੀ ਹੈ। ਅੱਖ ਦੀ ਜਿਹੜੀ ਸਭ ਤੋਂ ਪਹਿਲਾ ਕੁਦਰਤੀ ਸ਼ੀਸ਼ਾ ਜਿਹਨੂੰ ਅਸੀਂ ਕਾਰਨੀਆ ਕਹਿੰਦੇ ਹਾਂ। ਜੀ ਜਿਹੜਾ ਅੱਖ ਦਾ ਕੁਦਰਤੀ ਸ਼ੀਸ਼ਾ ਹੁੰਦਾ ਉਹਦੇ ਵਿੱਚ ਕੁਝ ਚੇਂਜਸ ਕੀਤੀਆਂ ਜਾਂਦੀਆਂ ਨੇ 10 ਮਿੰਟ ਦਾ ਪ੍ਰੋਸੀਜਰ ਹੈ ਤੇ ਉਹਨਾਂ ਦੀ ਅਨਕ ਜ਼ਿੰਦਗੀ ਪਰ ਲੱਥ ਜਾਂਦੀ ਹੈ ਅੱਛਾ ਜੀ ਜੇ فرض ਕਰੋ ਕਿ ਬਹੁਤ ਜ਼ਿਆਦਾ ਨੰਬਰ ਜਿਵੇਂ ਆਪਾਂ ਦੇਖਦੇ ਮਾਈਨਸ 10 ਦਾ ਨੰਬਰ ਮਾਈਨਸ 12 ਪਲੱਸ 8 ਜੀ ਤੇ ਉਹਦੇ ਵਿੱਚ ਵੀ ਫਿਰ ਜੇ ਆਪਾਂ ਲੇਜ਼ਰ ਦੀ ક્ષਮਤਾ ਤੋਂ ਬਾਹਰ ਹੈ ਤੇ ਇੱਕ ਚੀਜ਼ ਹੁੰਦੀ ਆਈਸੀਐਲ ਜੀ ਇੱਕ ਇਦਾਂ ਦੇ ਲੈਂਸਸ ਹੁੰਦੇ ਉਹ ਤੁਹਾਡੀ ਕੁਦਰਤੀ ਅੱਖ ਦੇ ਅੰਦਰ ਹੀ ਫਿਟ ਕੀਤੇ ਜਾਂਦੇ ਨੇ ਤੇ ਤੁਹਾਨੂੰ ਉਸ ਤੋਂ ਬਾਅਦ ਜ਼ਿੰਦਗੀ ਭਰ ਚਸ਼ਮੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਇਹ ਸਭ ਕੁਝ ਕਦੋਂ ਕਰਨਾ ਹੈ 18 ਸਾਲ ਦੀ ਉਮਰ ਤੋਂ ਬਾਅਦ ਜੀ 18 ਤੋਂ ਪਹਿਲਾਂ ਐਨਕ ਲਗਾਣੀ ਹੀ ਲਗਾਣੀ ਹੈ ਤੇ ਅੱਛਾ ਵੱਡੀ ਉਮਰ ਕਿੰਨੀ ਤੱਕ ਆਪਾਂ ਲਾ ਸਕਦੇ ਹਾਂ ਯਾਰ ਦੇਖੋ ਜੀ ਐਨਕ ਹਰ ਉਮਰ ਚ ਲੱਤ ਸਕਦੀ ਹੈ ਅੱਛਾ ਮੈਂ ਫੇਰ ਕਹਿੰਦਾ ਐਨਕ ਹਰ ਉਮਰ ਚ ਲੱਤ ਸਕਦੀ ਹੈ ਜੇ ਕੋਈ 70 80 ਸਾਲ ਦੇ ਬਜ਼ੁਰਗ ਵੀ ਹੈਗੇ ਨੇ ਉਹਨਾਂ ਦੀ ਵੀ ਐਨਕ ਪਰ ਉਹਨਾਂ ਚ ਲੇਜ਼ਰ ਨਹੀਂ ਕਰਾਂਗੇ ਉਹਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਕਿ ਲੇਜ਼ਰ ਆਪਾਂ 18 19 ਸਾਲ ਦੀ ਉਮਰ ਤੋਂ ਲੈ ਕੇ ਜੀ हद 40 45 50ਕ ਤੇ ਜਿਹਨੂੰ ਕਹਿੰਦੇ ਇੱਕ ਇੱਕ ਦਰਮਿਆਨੇ ਜੇ ਪਾਸੇ ਆ ਗਏ ਇੱਕ ਪ੍ਰਸ਼ਨ ਚਿੰਨ ਹੈ ਕਿ ਆਪਾਂ ਹੁਣ ਲੇਜ਼ਰ ਕਰਦੀ ਹੈ ਕਿ ਇਹਨਾਂ ਦੇ ਚਿੱਟੇ ਮੂਤੀ ਦਾ ਆਪਰੇਸ਼ਨ ਕਰਨਾ ਹੈ ਜੀ ਦੇਖੋ ਜਿਵੇਂ ਪਹਿਲਾਂ ਵੀ ਮੈਂ ਤੁਹਾਨ ਨਾਲ ਹੁਣੇ ਆਪਾਂ ਕੀ ਗੱਲ ਕੀਤੀ ਸੀ ਕਿ 50 ਸਾਲ ਦੀ ਉਮਰ ਤੋਂ ਬਾਅਦ ਚਿੱਟਾ ਮੂਤੀ ਆਉਣ ਲੱਗ ਪੈਂਦਾ ਜਿਵੇਂ ਤੋਲੇ ਆਉਂਦੇ ਹਨ ਜਿਵੇਂ ਝੁਰੜੀਆਂ ਆਉਂਦੀਆਂ ਹਨ ਸੋ ਜਦੋਂ 50 55 ਸਾਲ ਦੀ ਉਮਰ ਤੇ ਹੈਗੇ ਨੇ ਤੇ ਆਪਾਂ ਉਹਨਾਂ ਦੇ ਜੇ ਲੇਜ਼ਰ ਕਰੀਏ ਜੀ ਲੇਜ਼ਰ ਆਪਾਂ ਅੱਖ ਦੀ ਬਾਹਰੀ ਪਰਤ ਤੇ ਕੀਤੀ ਮੋਤੀ ਅੱਖ ਦੇ ਅੰਦਰਲੇ ਪਾਸੇ ਹੈ ਤੇ ਅੱਜ ਆਪਾਂ فرض ਕਰੋ 레이జర్ ਨਾਲ ਚਸ਼ਮਾ ਉਤਾਰਤਾ ਜੀ 2 ਸਾਲਾਂ ਬਾਅਦ ਉਹਨਾਂ ਨੂੰ ਚਿੱਟਾ ਮੋਤੀ ਆ ਗਿਆ ਤੇ ਆਪਾਂ ਕੀ ਖਟਿਆ ਬਿਲਕੁਲ ਸੋ ਇਹ ਜਿਹੜੀਆਂ ਫਾਈਨ ਗੱਲਾਂ ਇਹ ਉਦੋਂ ਮੌਕੇ ਤੇ ਮੁਆਇਨਾ ਕਰਕੇ ਡਿਸਾਈਡ ਹੋ ਜਾਂਦਾ ਹੈ ਪਰ ਗੱਲ ਮੁੱਕਦੀ ਇਹ ਹੈਗੀ ਕਿ ਹਰ ਉਮਰ ਵਿੱਚ ਚਸ਼ਮਾ ਲੱਥ ਜਾਂਦਾ ਹੈ ਬੱਚੇ ਮਸਲਾ ਆ ਲੋ ਸਰ ਦਾ ਅਸੇ ਇੱਥੇ ਮੈਂ ਇੱਕ ਇੰਪੋਰਟੈਂਟ ਗੱਲ ਤੁਹਾਨੂੰ ਕਹਣੀ ਚਾਹਣਾ ਦੇਖੋ ਇੱਕ ਇੱਕ ਹੋਰ ਇਹਦਾ ਆਲਟਰਨੇਟਿਵ ਜ ਆ ਗਿਆ ਕੰਟੈਕਟ ਲੈਂਸਸ ਜੀ ਜੇ ਤੁਸੀਂ ਮਤਲਬ ਚਸ਼ਮਾ ਨਹੀਂ ਲਾਉਣਾ ਐਨਕ ਨਹੀਂ ਲਾਉਣੀ ਤਾਂ ਬੰਦਾ ਕਹਿੰਦਾ ਯਾਰ ਲੋਡ ਪੈਣ ਤੇ ਕੰਟੈਕਟ ਲੈਂਸਸ ਵਰਤ ਲਓ ਤੇ ਆਪਰੇਸ਼ਨ ਵਾਲੇ ਪਾਸੇ ਨਹੀਂ ਜਾਣਾ ਜੀ ਦੇਖੋ ਕੰਟੈਕਟ ਲੈਂਸਸ ਪਹਿਲਾਂ ਤਾਂ ਕੋਈ ਰੀਸੈਂਟ ਚੀਜ਼ ਨਹੀਂ ਇਹਨੂੰ ਆਲਮੋਸਟ 20-25 ਸਾਲ ਤੋਂ ਵੱਧ ਹੋ ਗਿਆ ਜੀ ਜੀ ਦੂਸਰੀ ਗੱਲ ਹੈ ਕਿ ਪੂਰੇ ਸਰੀਰ 'ਚ ਆਪਣੇ ਸਭ ਤੋਂ ਜ਼ਿਆਦਾ ਨਾਜ਼ੁਕ ਜਾਂ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲਾ ਪੋਰਸ਼ਨ ਸਾਡੀ ਅੱਖ ਹੈ ਜੀ ਅੱਖ ਦਾ ਵੀ ਕੋਰਨੀਆ ਆਪਾਂ ਜਿੰਨਾ ਮਰਜੀ ਸੋਲੂਸ਼ਨ ਸਾਫ਼ ਰੱਖ ਲਈਏ ਜੋ ਮਰਜੀ ਕਰ ਲਈਏ ਜਿਹਨੂੰ ਕਹਿੰਦੇ ਨੇ ਨਾ ਕ੍ਰੋਨਿਕ ਕੰਟੈਕਟ ਲੈਂਸ ਯੂਜ਼ਰਸ ਜਿਹੜੇ ਰੋਜ਼ ਹਰ ਰੋਜ਼ ਸਾਲਾਂ ਬੰਦੀ ਮਹੀਨਿਆਂ ਬੰਦੀ ਕੰਟੈਕਟ ਲੈਂਸ ਲਗਾਉਂਦੇ ਉਹਨਾਂ ਦੀ ਅੱਖ 'ਚ ਕਈ ਹੋਰ ਫਰਕ ਵੀ ਆਣ ਲੱਗ ਪੈਂਦੇ ਆ ਹਾਂਜੀ ਤੁਸੀਂ ਕਿਸੇ ਫੰਕਸ਼ਨ ਪਾਰਟੀ ਲਈ ਜਾਣਾ ਤਾਂ ਤੇ ਠੀਕ ਹੈ ਹਰ ਰੋਜ਼ ਅਸੀਂ ਨਹੀਂ ਇਹਨੂੰ ਰეკਮੈਂਡ ਕਰਦੇ ਕਿ ਹਰ ਰੋਜ਼ ਤੁਹਾਨੂੰ ਕੰਟੈਕਟ ਲੈਂਸ ਮਹੀਨਿਆਂ ਜਾਂ ਸਾਲਾਂ ਬੰਦੀ ਕਰਨੀ ਚਾਹੀਦੀ ਹੈ ਜੀ ਜਾਂ ਤੇ ਕਿਸੇ ਪਾਰਟੀ ਵਗੈਰਾ ਲਈ ਠੀਕ ਹੈ ਨਹੀਂ ਤੇ ਜਿਹੜਾ ਇਹ ਤੁਹਾਨੂੰ ਦੱਸਿਆ ਇਹਦਾ ਪੱਕਾ ਇਲਾਜ ਲੇਸਿਕ ਲੇਜ਼ਰ ਜਾਂ ਜਿਹੜੇ ਤੁਹਾਨੂੰ ਦੱਸਿਆ ਜੇ ਬਹੁਤ ਜ਼ਿਆਦਾ ਨੰਬਰ ਹੋਵੇ ਤੇ ਆਈਸੀਐਲ ਲੈਂਸਸ ਉਹ ਇਹਦਾ ਪੱਕਾ ਇਲਾਜ ਹੈ ਤੇ ਇਹ ਕਿੰਨਾ ਕੁ ਮਹਿੰਗਾ ਜੀ ਦੇਖੋ ਜੀ ਜਿਹੜੀ ਲੇਸਿਕ 레이జర్ ਹੈ ਜੀ ਇਹਨੂੰ ਕਰਨ ਦੀਆਂ 2-3 ਹਾਂ ਜਿਹਨੂੰ ਕਹਿੰਦੇ ਨਾ ਟੈਕਨੀਕਸ ਹੁੰਦੀਆਂ ਜਾਂ ਜੀ ਤਰੀਕੇ ਕਹਿ ਲਓ ਤੇ ਉਹਦੇ ਵਿੱਚ ਇਹਦੀ ਬੜੀ ਵੱਡੀ ਰੇਂਜ ਹੈ ਇਹ ਮਿਨੀਮਮ 25-30 ਹਜ਼ਾਰ ਹਿੰਦੁਸਤਾਨੀ ਰੁਪਏ ਤੋਂ ਆਲਮੋਸਟ 80-90 ਹਜ਼ਾਰ ਹਿੰਦੁਸਤਾਨੀ ਰੁਪਏ ਤੱਕ ਜਾਂਦੇ ਆ ਉਹਦੇ ਵਿੱਚ ਕਿਤੇ ਵੀ ਹੋ ਸਕਦਾ ਉਹਦੇ ਕਿ ਵਿੱਚ ਕਿਤੇ ਹੁਣ ਤੁਸੀਂ ਬੋਲੂਗੇ ਕਿੱਥੇ 25 30 ਹਜ਼ਾਰ ਕਿੱਥੇ 80 90 ਹਜ਼ਾਰ ਉਹ ਫਿਰ ਜਦੋਂ ਕੁਝ ਤੁਹਾਡੇ ਟੈਸਟ ਕਰਦੇ ਆ ਉਹਦੇ ਤੋਂ ਪਤਾ ਲੱਗਦਾ ਕਿ ਤੁਹਾਡੇ ਕੋਲ ਅੱਖ ਦੀ ਸ਼ੇਪ ਕਿਹੋ ਜੀ ਆ ਤੁਹਾਡੇ ਤੇ ਕਿਹੜਾ ਪ੍ਰੋਸੀਜਰ ਹੋ ਸਕਦਾ ਕਿਹਦੀਆਂ ਸੇਫਟੀ ਲਿਮਿਟਸ ਹੈ ਆ ਇਹ ਹੋ ਗਏ ਲੇਸਿਕ 레이జర్ ਕਰਨ ਦੇ ਤਰੀਕੇ ਜੀ ਠੀਕ ਹੈ ਨਾ ਇੱਕ ਉਹਨੂੰ ਵਿਦ ਬਲੇਡ ਕਹਿੰਦੇ ਇੱਕ ਜਿਹੜੀ ਦੋ 레이జర్ ਉੱਥੇ ਯੂਜ਼ ਹੁੰਦੇ ਨੂੰ ਕਹਿੰਦੇ 100% ਬਲੇਡ ਫਰੀ ਉਹ ਲੇਟੈਸਟ ਟੈਕਨੀਕ ਹੈਗੀ ਆ ਜੀ ਤੇ ਉਹ ਤੁਹਾਡੇ ਹਸਪੀਟਲ 'ਚ अवेलेबल ਹੈ ਹਾਂ ਜੀ ਜੀ ਹਰ ਇੱਕ ਚੀਜ਼ ਇੱਥੇ अवेलेबल ਹੈ ਜੀ ਤੇ ਜੇ ਇਹ ਸਾਰੇ ਦੀ ક્ષਮਤਾ ਤੋਂ ਬਾਹਰ ਹੋਵੇ ਜਿਵੇਂ ਮੈਂ ਦੱਸਿਆ ਕਿ ਨੰਬਰ ਬਹੁਤ ਜ਼ਿਆਦਾ ਹੋਵੇ ਤੇ ਫਿਰ ਉਹਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਆਈਸੀਐਲ ਇੰਪਲਾਂਟੇਬਲ ਕੋਲਮਿਨਰ ਲੈਂਸ ਇੱਕ ਐਬ੍ਰੀਵੀਏਸ਼ਨ ਹੈ ਇਹ ਇੱਕ ਇਹੋ ਜਿਹੇ ਲੈਂਸ ਹੁੰਦੇ ਨੇ ਕਿ ਜਿਹੜੇ ਤੁਹਾਡੇ ਕੁਦਰਤੀ ਅੱਖ ਦੇ ਵਿੱਚ ਕੁਦਰਤੀ ਲੈਂਸ ਦੇ ਉੱਪਰ ਫਿੱਟ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਕਦੇ ਚਸ਼ਮੇ ਦੀ ਜ਼ਰੂਰਤ ਨਹੀਂ ਪੈਂਦੀ ਇਹ ਆਪਰੇਸ਼ਨ ਦੀ ਲਾਈਫ ਕਿੰਨੀ ਕੁ ਹੁੰਦੀ ਹੈ ਡਾਕਟਰ ਦੇਖੋ ਜੀ ਜਦੋਂ ਅੱਜ فرض ਕਰੋ ਤੁਹਾਡੀ 18 ਸਾਲ ਉਮਰ ਆ 19 ਸਾਲ ਉਮਰ ਆ 25 ਸਾਲ ਉਮਰ ਹੈਗੀ ਅਸੀਂ ਤੁਹਾਡਾ ਅੱਜ ਨੰਬਰ ਜ਼ੀਰੋ ਕਰ ਦਿੱਤਾ। ਜੀ। ਠੀਕ ਹੈ ਜੀ। ਤੇ ਇੱਕ ਪਰ ਪਾਸੇ ਦੇਖ ਲਓ ਜਿੱਦਾਂ ਮੈਂ ਹੈਗਾ ਕਿ ਮੈਨੂੰ ਕੋਈ ਚਸ਼ਮੇ ਦਾ ਨੰਬਰ ਨਹੀਂ ਹੈ। ਜੀ। ਤੇ ਇੱਕ ਬੰਦ ਬੱਚਾ ਹੈਗਾ ਜਿਹਨੂੰ -6 ਦਾ ਨੰਬਰ ਹੈ ਤੇ ਉਹਨੂੰ ਇਸ ਤੋਂ ਵੱਧ ਨਹੀਂ ਦੇਖਦਾ। ਹਮਮ। ਅੱਜ ਅਸੀਂ ਦੋਨੋਂ ਬਰਾਬਰ ਹੋ ਗਏ। ਜੀ। ਤਾਂ ਉਹਨੂੰ ਚਸ਼ਮੇ ਦੀ ਜ਼ਰੂਰਤ ਆ ਨਾ ਮੈਨੂੰ ਕੁਦਰਤੀ ਤੌਰ ਤੇ। ਜੀ। ਜਦੋਂ ਮੇਰੀ ਉਮਰ 40-45 ਸਾਲ ਹੋਣੀ। ਹਮਮ। ਉਮਰ ਦੇ ਲਿਹਾਜ਼ ਨਾਲ ਮੈਨੂੰ ਵੀ ਚਸ਼ਮੇ ਦਾ ਨੰਬਰ ਆਣਾ। ਬਿਲਕੁਲ ਸਹੀ। ਤੇ ਜਿਹਨਾਂ ਦੀ ਲੇਜ਼ਰ ਕੀਤੀ ਉਹਨਾਂ ਨੂੰ ਵੀ ਆਣਾ। ਉਹ ਅੱਛਾ ਜੀ। ਇਹ ਮਹਾਰਾਜ ਵੱਲੋਂ ਹੈ ਕਿ ਜਦੋਂ ਉਮਰ ਚਾਲੀ 45 ਸਾਲ ਹੋਣੀ ਲਾਗੇ ਦੈਨਕ ਦਾ ਨੰਬਰ ਆਣਾ ਹੈਗਾ ਉਦੋਂ ਫੀ ਉਹਦਾ ਇਲਾਜ ਹੈ ਜੀ ਠੀਕ ਹੈ ਜੀ ਤੇ ਉਮਰ ਜਦੋਂ ਮੇਰੀ 50 55 ਸਾਲ ਹੋਣੀ ਮੈਨੂੰ ਚਿੱਟਾ ਮੋਤੀ ਆਣਾ ਤੇ ਉਹਨੂੰ ਵੀ ਆਣਾ ਬਿਲਕੁਲ ਸਹੀ ਸੋ ਜੋ ਤੁਹਾਨੂੰ ਕੁਦਰਤੀ ਤੌਰ ਤੇ ਚਸ਼ਮੇ ਦਾ ਨੰਬਰ ਸੀ ਅਸੀਂ ਉਹਨੂੰ ਖਤਮ ਕਰ ਦਿੱਤਾ ਜੋ ਉਮਰ ਦੇ ਇਲਿਆਜ਼ ਨਾਲ ਚੇਂजेस ਆਣੀਆਂ ਆਣੀਆਂ ਜੀ ਉਹ ਤੇ ਮੇਰੇ 'ਚ ਵੀ ਆਣੀਆਂ ਤੇ ਉਹਨਾਂ 'ਚ ਵੀ ਆਣੀਆਂ ਪਰ ਇਹ ਲੈਂਸ ਇਹ ਲੈਂਸ ਦੀ ਇਦਾਂ ਕੋਈ ਮਿਆਦ ਨਹੀਂ ਹੁੰਦੀਆਂ ਇਹਨਾਂ ਦੀ ਕਿ ਨਹੀਂ ਕਿ ਅੱਜ ਕਰ ਦਿੱਤਾ ਤੇ ਕੋਈ 5-10 ਸਾਲ ਹੈਗੇ ਇਹ ਪੱਕੇ ਹੀ ਹੈਗੇ ਜੋ ਏਜ ਰਿਲੇਟਿਡ ਤੇ ਹੁਣ ਆਦਮੀ ਤਾਂ ਜਿਹੜਾ ਉਹਨਾਂ ਉਹ ਬਦਲ ਨਹੀਂ ਸਕਦੇ ਬਦਲ ਨਹੀਂ ਸਕਦੇ ਮੈਂ ਦੱਸ ਦਿਆਂ ਜੀ ਕਿ ਇਹ ਨੇ ਡਾਕਟਰ ਸਤਵੀਰ ਸਿੰਘ ਪੌਰਾ ਅਕਾਲੀ ਹਸਪੀਟਲ ਜਿਲੰਦਰ ਤੋਂ ਤੁਸੀਂ ਸਕਰੀਨ ਤੇ ਆ ਰਹੇ ਨੰਬਰਾਂ ਦੇ ਉੱਪਰ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਅੱਜ ਜਿੰਨੀ ਵੀ ਇਨਫੋਰਮੇਸ਼ਨ ਇਹ ਦੇ ਰਹੇ ਨੇ ਇਹਨਾਂ ਸਾਰੀ ਇਨਫੋਰਮੇਸ਼ਨ ਨੂੰ ਮੇਰੇ ਖਾਲਾਂ ਤੁਸੀਂ ਇੱਕ ਵਾਰ ਜ਼ਰੂਰ ਚੰਗੀ ਤਰ੍ਹਾਂ ਧਿਆਨ ਨਾਲ ਜਾਣਨ ਤੋਂ ਬਾਅਦ ਆਸੇ-ਪਾਸੇ ਵੀ ਨਜ਼ਰ ਮਾਰ ਲੈਣਾ ਕਿ ਪਰਿਵਾਰ ਦੇ ਵਿੱਚ ਵੀ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਜਾਂ ਕੋਈ ਇਹੋ ਜਿਹਾ ਕੇਸ ਤਾਂ ਨਹੀਂ ਤਾਂ ਜਦੋਂ ਹੀ ਤੁਹਾਡਾ ਗਿਆੜਾ ਲੱਗੇ ਤਾਂ ਤੁਸੀਂ ਜ਼ਰੂਰ ਅਕਾਲੀ ਹਸਪੀਟਲ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ ਦੇ ਨੰਬਰਾਂ ਦੇ ਉੱਪ ਸੀਵੀਐਸੀ ਦਾ ਜ਼ਿਕਰ ਕਰਦੇ ਹਾਂ ਵਾਰ-ਵਾਰ ਕਿ ਕਈ ਵਾਰ ਨੱਖ ਦੇ ਵਿੱਚ ਥੋੜਾ ਜਿਹਾ ਟੀਰ ਹੁੰਦਾ ਥੋੜਾ ਜਿਹਾ ਟੇਡਾਪਨ ਹੁੰਦਾ ਭੈਂਗਾਪਨ ਹੁੰਦਾ ਉਹਦਾ ਇਲਾਜ ਵੀ ਆ ਗਿਆ ਜੀ ਜੀ ਦੇਖੋ ਜਿੰਨੂੰ ਅਸੀਂ ਟੀਰ ਭੈਂਗਾਪਨ ਜਾਂ ਇੰਗਲਿਸ਼ ਚ ਸਕਵਿੰਟ ਕਹਿੰਦੇ ਹੈਗੇ ਆ ਜੀ ਇਹ ਜ਼ਿਆਦਾਤਰ ਬੱਚਿਆਂ ਚ ਹੁੰਦਾ ਹੈ ਹਮਮ ਕਈ ਵਾਰੀ ਜ਼ਿਆਦਾਤਰ ਕੰਡੀਸ਼ਨਸ ਤੇ ਇਹ ਜਮੰਦਰੂ ਹੁੰਦਾ ਹੈ ਜੀ ਇਹ ਕੀ ਹੁੰਦਾ ਹੈ ਕਿ ਬੱਚੇ ਨੂੰ فرض ਕਰੋ ਕਿ ਇੱਕ ਅੱਖ ਚ ਚਸ਼ਮੇ ਦਾ ਨੰਬਰ ਹੈ ਜੀ ਪਰ ਉਹ ਉਹਨਾਂ ਨੂੰ ਪਤਾ ਨਹੀਂ ਲੱਗਾ ਉਹਨਾਂ ਨੇ ਚਸ਼ਮਾ ਲਗਵਾਇਆ ਨਹੀਂ ਹੈਗਾ ਹਮਮ ਤੇ ਦੋਨੋਂ ਅੱਖਾਂ ਚ ਜਿਹੜਾ ਹੈਗਾ ਟੀਰੀਆ ਭੰਗਾਪਨ ਆ ਜਾਂਦਾ ਹੂਨ ਨੂੰ ਇਹਦੇ ਕਈ ਹੋਰ ਕਾਰਨ ਹੁੰਦੇ ਨੇ ਪਰ ਜ਼ਿਆਦਾਤਰ ਇਹ ਹੈਗਾ ਤੇ ਉਹਦੇ ਵਿੱਚ ਵੀ ਜੇ ਬੱਚਿਆਂ 'ਚ ਹੈ ਤੇ ਪਹਿਲਾਂ ਤੇ ਆਪਾਂ ਉਹਨਾਂ ਨੂੰ ਚਸ਼ਮੇ ਦਾ ਜੋ ਨੰਬਰ ਹੈਗਾ ਉਹਨੂੰ ਕਰੈਕਟ ਕਰੀਦਾ ਹੈਗਾ ਉਹਨੇ ਨਾਲ ਹੀ ਫਰਕ ਪੈ ਜਾਂਦਾ ਹੈ ਜੇ ਉਹਦੀ ਨਾਲ ਨਹੀਂ ਠੀਕ ਹੁੰਦਾ ਤੇ ਇਹਦੇ ਲਈ ਆਪਾਂ ਆਪਰੇਸ਼ਨ ਕਰਦੇ ਹਾਂ ਜੀ ਆਪਰੇਸ਼ਨ ਤੋਂ ਬਾਅਦ ਬਹੁਤ ਚੰਗੇ ਰਿਜ਼ਲਟਸ ਹੈਗੇ ਨੇ ਉਹਨਾਂ ਦੀ ਬਿਲਕੁਲ ਜਿਹੜੀ ਹੈਗੀ ਆ ਨਜ਼ਰ ਜਿਹੜੀ ਹੈਗੀ ਆ ਬਰਾਬਰ ਹੋ ਜਾਂਦੀ ਹੈਗੀ ਆ ਕੋਈ ਜਜਮੈਂਟ ਨਹੀਂ ਕਰ ਸਕਦਾ ਯੰਗ ਕੁੜੀਆਂ ਯੰਗ ਮਤਲਬ ਟੀਨੇਜਰ ਕੁੜੀਆਂ ਜਿਹੜੀ ਮੈਰੀਜੇਬਲ ਏਜ ਚ ਵਿਆਹਣ ਵਾਲੀ ਉਮਰ ਚ ਉਹ ਵੀ ਮਹਿਸੂਸ ਕਰਦੀ ਹੈਗੀਆਂ ਬਿਲਕੁਲ ਪਰ ਕਰਨ ਨੂੰ ਇਹਦਾ ਕਿਸੇ ਉਮਰ ਚ ਵੀ ਇਲਾਜ ਕੀਤਾ ਜਾ ਸਕਦਾ ਪਰ ਜਿਨ੍ਹਾਂ ਨੂੰ ਟੀਰਿਆਂ ਭੈਂਗਾਪਨ ਹੈ ਉਹ ਜਿੰਨੀ ਘੱਟ ਉਮਰ ਚ ਕੀਤਾ ਜਾਵੇ ਉਹਦਾ ਜਿਆਦਾ ਫਾਇਦਾ ਹੁੰਦਾ ਹੈ ਵਧੀਆ ਫਾਇਦਾ ਹੁੰਦਾ ਉਹਨੀ ਉਹਨਾਂ ਦੀ ਨਜ਼ਰ ਤੁਸੀਂ ਕਹਿ ਲਓ ਨਿੱਖਰ ਕੇ ਹੋਰ ਆਂਦੀ ਹੈਗੀ ਹੁੰਦੀ ਹੈ ਕਿਉਂਕਿ ਜਦੋਂ ਦੋ ਅੱਖਾਂ ਅਲਾਈਨਡ ਨਹੀਂ ਹਨ ਜਦੋਂ ਅਲਾਈਨ ਹੋ ਗਈਆਂ ਨੇ ਤੇ ਹੋਰ ਕਈ ਜਿਹੜੀਆਂ ਆਪਾਂ ਗੱਲਾਂ ਕਰਦੇ ਨਾ 2D 3D ਇਮੇਜ ਉਹ ਸਭ ਕੁਝ ਜਿਹੜਾ ਹੈਗਾ ਉਹ ਮਹਾਰਾਜ ਵੱਲੋਂ ਜਦੋਂ ਇਕੱਠਾ ਹੋ ਗਿਆ ਆਪਣੀ ਅੱਖਾਂ ਜਿਹੜੀਆਂ ਇਹ ਇੱਕ ਤੇ ਇੱਕ ਨਹੀਂ ਇੱਕ ਤੇ ਇੱਕ 11 ਹਨ ਜੀ ਇਹ ਇਹ ਮਹਾਰਾਜ ਨੇ ਇਤਾਂ ਬਣਾਈਆਂ ਹਨ ਕਿ ਇਹ ਇਕੱਠੀਆਂ ਜੁੜ ਕੇ ਇੰਨਾ ਵੱਡਾ ਕੋਈ ਲੈਂਥ ਵੀ ਨਹੀਂ ਭਾਵੇਂ ਵਾਈਡ ਜ਼ੂਮ ਜਿਹੜਾ ਮਰਜੀ ਲੈ ਲਵਾਂ ਜਿੰਨੀ ਆਪਣੇ ਆਪਣੀ ਅੱਖਾਂ ਦਾ ਦੇਖਣ ਦਾ ਦਾਇਰਾ ਹੈ ਬਿਲਕੁਕੁਰੀ ਜੀ ਅਸੀਂ ਇੱਕ ਡਾਕਟਰ ਸਾਹਿਬ ਮੈਨੂੰ ਜ਼ਰੂਰ ਦੱਸਿਓ ਕਈ ਵਾਰ ਨਾ ਨਿੱਕੇ ਨਿੱਕੀਆਂ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਹੁੰਦੀਆਂ ਅੱਖਾਂ ਨਾ ਆਪਾਂ ਉਹਨੂੰ ਇਗਨੋਰ ਕਰ ਦਿੰਨੇ ਜਦੋਂ ਇੱਕ ਆੱਖਾਂ ਹਉਣੀਆਂ ਵਾਲੀ ਗੱਲ ਹੋ ਜਾਂਦੀ ਵੀ ਅੱਖਾਂ ਆ ਗਈਆਂ ਜੀ ਕੋਈ ਇਨਫੈਕਸ਼ਨ ਹੋ ਗਈ ਜਾਂ ਕਈ ਵਾਰ ਆੱਖਾਂ ਦੇ ਵਿੱਚ ਨਾ ਵੈਸੇ ਹੀ ਖੁਸ਼ਕੀ ਜੀ ਖੁਸ਼ਕੀ ਜੀ ਹੁੰਦੀ ਹੈ ਜਦਾਂ ਕਰਕੇ ਆਪਾਂ ਨੂੰ ਲੱਗਦਾ ਵੀ ਇਹ ਖਾਰਿਸ਼ ਹੋਣ ਲੱਗੀ ਜਾਂ ਆਪਾਂ ਕਿਦੇ ਅੱਖ 'ਚ ਕੁਝ ਪੈ ਗਿਆ ਤਾਂ ਉਹਨੂੰ ਮਲ ਲਿਆ ਕਿ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਅੱਗੇ ਜਾ ਕੇ ਆਪਾਂ ਨੂੰ ਕਬੜੀ ਪ੍ਰੋਬਲਮ ਦੇ ਸਕਦੀਆਂ ਨਹੀਂ ਇਹ ਤਾਂ ਦੇਖਣ ਤੇ ਹੈ ਜ਼ਿਆਦਾਤਰ ਜਿੰਨੂੰ ਤੁਸੀਂ ਆਪਾਂ ਉਹਨੂੰ ਮਲ ਚੰਗੀ ਜੀ ਦੇਖੋ ਸਭ ਤੋਂ ਪਹਿਲਾਂ ਤੇ ਇਹੀ ਹੈਗਾ ਕਿ ਤੁਹਾਨੂੰ ਕਿਸੇ ਆਈ ਸਰਜਨ ਨੂੰ ਦਿਖਾਉਣਾ ਚਾਹੀਦਾ ਹੈ ਉਹ ਦੇਖ ਕੇ ਦੱਸੂਗੇ ਕਿ ਇਹ ਕਿੰਨੀ ਇੱਕ ਵੱਡੀ ਬਿਮਾਰੀ ਹੈ ਕਿੰਨੀ ਛੋਟੀ ਬਿਮਾਰੀ ਹੈ ਜ਼ਿਆਦਾਤਰ ਜਿਹਨੂੰ ਅਸੀਂ ਡਰਾਈ ਆਈ ਸਿੰਡਰੋਮ ਕਹਿੰਦੇ ਜਦ ਤੁਸੀਂ ਕਹਿੰਦੇ ਕਿ ਅੱਖਾਂ ਚ ਨਮੀ ਘਟ ਜਾਂਦੀ ਹੈ ਇਹ ਜਿੱਦਾਂ ਸਾਡੇ ਪ੍ਰਵਾਸੀ ਪੰਜਾਬੀ ਹੈਗੇ ਨੇ ਠੰਡੇ ਮੁਲਕ ਹੈਗੇ ਨੇ ਕਿਤੇ ਸੈਂਟਰਲ ਹੀਟਿੰਗ ਕਰਕੇ ਆ ਉਹਨਾਂ ਚ ਇੰਨੀ ਜਦੋਂ ਅੱਖ ਚੋਂ ਨਮੀ ਨਿਕਲ ਜਾਂਦੀ ਹੈ ਜਿੱਥੇ ਗਰਮੀ ਬਹੁਤ ਜ਼ਿਆਦਾ ਹੈ ਉਥੇ 에어 ਕੰਡੀਸ਼ਨ ਨਮੀ ਖਿੱਚਦੇ ਨੇ ਸੋ ਇਹਦੇ ਕਾਰਨ ਇਹ ਮਤਲਬ ਸਾਡੇ ਲਾਈਫ ਸਟਾਈਲ ਓਰੀਐਂਟਡ ਪ੍ਰੋਬਲਮਸ ਨੇ ਤੇ ਇਹਨਾਂ ਨੂੰ ਅੱਖਾਂ ਦੀ ਸੰਭਾਲ ਰੱਖਣ ਲਈ ਕੁਝ ਡ੍ਰੌਪਸ ਵਗੈਰਾ ਦੇ ਕੇ ਇਹਨਾਂ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਤੁਸੀਂ ਆਏ ਤੇ ਸਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀ ਤੁਹਾਡਾ ਬਹੁਤ ਬਹੁਤ ਮੇਹਬਾਨੀ ਸੰਧਵਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਪ੍ਰਾਈਮ ਟਾਕ ਨੂੰ ਇਥੇ ਸਮਾਪਤ ਕਰਦੇ ਹਾਂ ਜੀ ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ ਤੇ ਫਿਲਹਾਲ ਦੇ ਉਹ ਗੁਰਪ੍ਰੀਤ ਸੰਧਵਾਲੀ ਨੂੰ ਇਜਾਜ਼ਤ ਦੇ ਕੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ